ਯਾਇਆ ਅੱਜ ਆਪਾਂ ਇੱਕ ਬਹੁਤ ਹੀ ਪੁਰਾਣੇ ਸੰਤ ਨੇ ਸਹੀ, ਅਤੇ ਉਹਨਾਂ ਦਾ ਨਾਮ ਹੈ ਡਾਢੀ ਦਇਆ ਸਿੰਘ ਦਿਲਬਰ। ਸਹੀ ਹੋ ਗਿਆ। ਉਹ ਬਹੁਤ ਉਹਨਾਂ ਦਾ ਅੰਦਾਜ਼ੇ ਬਿਆਨ ਬਹੁਤ ਅੱਛਾ, ਬਹੁਤ ਵਧੀਆ ਉਹ ਕਥਾ ਕਰਦੇ ਨੇ, ਅਤੇ ਉਹ ਗਿਆਨੀ ਸੰਤ ਸਿੰਘ ਮਸਕੀਨ ਜੀ ਤੋਂ ਵੀ ਪਹਿਲੋਂ ਦੇ ਨੇ। ਸਹੀ ਹੋ ਗਿਆ। ਅਤੇ ਉਹ ਨਾ ਬੜੇ ਨਾ ਉਹ ਜਿਵੇਂ ਕਥਾ ਕਰਦੇ ਕਰਦੇ ਹੰਸਮੁੱਖ ਗੱਲਾਂ ਵੀ ਕਰਦੇ ਨੇ, ਅਤੇ ਵਿੱਚ ਵਿੱਚ ਉਹ ਆਪਣਾ ਗਿਆਨ ਵੀ ਵੰਡ ਦਿੰਦੇ ਨੇ, ਵਿੱਚ ਵਿੱਚ ਉਹ ਆਪਣਾ ਗੱਲ ਸਮਝਾ ਵੀ ਦਿੰਦੇ ਨੇ। ਹਾਂਜੀ, ਮੇਰੇ ਖਿਆਲ ਜੀ ਆਪਾਂ ਇਹਨਾਂ ਦੀ ਪਹਿਲੀ ਦਫ਼ਾ ਵੀਡੀਓ ਲੈ ਕੇ ਆਏ, ਪਹਿਲੀ ਆਪਾਂ ਇਹਨਾਂ ਦੀ ਦੋਸਤ ਤੋਂ ਪਹਿਲੀ ਕਥਾ ਸੁਣਨੀ, ਤੁਹਾਡੇ ਨਾਲ ਪਹਿਲੀ ਕਥਾ ਸ਼ੇਅਰ ਕਰਨੀ ਹੈ। ਹਾਂਜੀ, ਤਾਂ ਤੁਸੀਂ ਜ਼ਰੂਰ ਪਿਆਰ ਦੇਣਾ, ਤੁਸੀਂ ਇਸ ਵੀਡੀਓ 'ਤੇ ਤਕਰੀਬਨ 15-20 ਜਾਂ 30 ਮਿੰਟ ਜ਼ਰੂਰ ਕਰਿਆ ਜੀ, 200 ਲਾਈਕ ਕਰਿਆ ਜੀ। ਅਤੇ ਡਾਢੀ ਦਇਆ ਸਿੰਘ ਦਿਲਬਰ ਉਹਨਾਂ ਦੀ ਕਥਾ ਆਪਾਂ ਸੁਣਨੇ ਹਾਂ, ਅਤੇ ਵੇਖਣਾ ਕਿ ਇਹਦੇ ਵਿੱਚ ਕੀ ਕਿਹਾ ਜਾ ਰਿਹਾ। ਇਹਦੀ ਰਿਕੁਐਸਟ ਬਹੁਤ ਸਾਰੀ ਆ ਰਹੀ ਸੀ ਆਈਆ। ਮਹਾਰਾਜ ਕਹਿਣ ਲੱਗਾ, ਪੰਡਿਤ ਜੀ ਕੋਈ ਤੁਹਾਡੀ ਦੇਵੀ ਨਹੀਂ ਪ੍ਰਗਟ ਹੁੰਦੀ। ਪੰਡਿਤ ਘਬਰਾ ਗਿਆ। ਪੰਡਿਤ ਦਾ ਨਾਂ ਸੀ ਕੇਸ਼ੋ ਦਾਸ। ਕਹਿੰਦਾ ਜੀ ਦਰਅਸਲ ਗੱਲ ਇਹ ਆ ਵੀ ਦੇਵੀ ਬਲੀਦਾਨ ਮੰਗਦੀ ਹੈ ਕਿਸੇ ਪਿਆਰੀ ਚੀਜ਼ ਦੀ ਬਲੀ। ਉਹਦਾ ਮਤਲਬ ਸੀ ਵੀ ਮੈਂ ਕਹਿ ਦਿਆਂਗਾ ਜੀ ਸਾਹਿਬਜ਼ਾਦੇ ਦੀ ਬਲੀ ਦਿਓ ਤੇ ਨਾ ਮਹਾਰਾਜ ਕੁਰਬਾਨੀ ਦੇਣ ਤੇ ਨਾ ਦੇਵੀ ਸਿੱਧ ਹੋਵੇ। ਮਹਾਰਾਜ ਹੱਸ ਕੇ ਕਹਿਣ ਲੱਗਾ, ਪੰਡਿਤ ਜੀ ਤੁਹਾਥੋਂ ਵੱਡਾ ਹੋਰ ਵਿਦਵਾਨ ਕੌਣ ਹੋ ਸਕਦਾ? ਸਾਡਾ ਤਾਂ ਪਿਆਰ ਹੀ ਤੁਹਾਡੇ ਨਾਲ ਹੈ। ਤੁਸੀਂ ਸੋਹਣੇ, ਤੁਸੀਂ ਪਿਆਰੇ, ਤੁਸੀਂ ਮਿੱਠੇ, ਤੁਸੀਂ ਉੱਚੇ, ਤੁਸੀਂ ਸੁੱਚੇ, ਤੁਸੀਂ ਵਿਦਵਾਨ, ਅਸੀਂ ਕੁਰਬਾਨੀ ਤੁਹਾਡੀ ਦੇ ਦੇਣੀ। ਜਦੋਂ ਪੰਡਿਤ ਨੇ ਸੁਣਿਆ ਨਾ ਆਪਣਾ ਉਹਨਾਂ ਦੀ ਗੱਲ ਪਾ ਦੇ, ਇਹਦਾ ਮੂੰਹ ਬਣ ਗਿਆ ਜਿਵੇਂ ਖੰਭੇ ਤੇ ਖਤਰਾ ਲਿਖਿਆ ਹੁੰਦਾ। ਕਹਿੰਦੇ ਮੇਰੀ ਕੁਰਬਾਨੀ? ਜੋ ਨੱਸਿਆ ਰਾਤੋ ਰਾਤ ਹੀ ਹਰਨ ਹੋ ਗਿਆ। ਜਦੋਂ ਸਵੇਰੇ ਵੇਖਿਆ ਤੇ ਪੰਡਿਤਾਂ ਦਾ ਤੰਬੂ ਖਾਲੀ। ਮਹਾਰਾਜ ਕਹਿੰਦੇ ਪੰਡਿਤ ਨੱਸ ਗਏ? ਹਾਂ ਮਹਾਰਾਜ ਤਿੱਤਰ ਬਿੱਤਰ। ਹਜ਼ੂਰ ਕਹਿੰਦੇ ਸਾਰੀ ਸਮੱਗਰੀ ਪਾ ਦਿਓ ਹਮਨ ਵਿੱਚ। ਇੱਕਦਮ ਸਾਰੀ ਸਮੱਗਰੀ ਹਮਨ ਵਿੱਚ ਪਾਈ, ਲਾਟਾਂ ਉੱਠੀਆਂ। 7 ਮੀਲ ਉੱਚੀ ਪਹਾੜੀ ਨੈਣਾ ਦੇਵੀ ਦੀ, ਤੇ ਉਹਦੇ ਉੱਤੇ ਉੱਚੀਆਂ ਲਾਟਾਂ। ਇੱਕ ਵਾਰੀ ਸਾਰੇ ਦੁਆਬੇ 'ਚ ਚਾਨਣ ਹੋ ਗਿਆ। ਲੋਕੀ ਆਖਣ ਦੇਵੀ ਪ੍ਰਗਟ ਹੋ ਗਈ, ਦੇਵੀ ਪ੍ਰਗਟ ਹੋ ਗਈ। ਮਹਾਰਾਜ ਨੇ ਸਰ ਕਰਕੇ ਕੱਢੀ ਮਿਆਨ ਤੋਂ ਕਿਰਪਾਨ। ਕਹਿਣ ਲੱਗੇ ਇਹੀ ਚੰਡਕਾ ਚੰਡਕਾ ਦੁਸ਼ਟ ਦਮਨੀ, ਵਿੱਚ ਰੰਗ ਦੇ ਦੇਵੀ ਹਨਾਰ ਸਾਡੀ, ਵਿੱਚ ਜੰਗ ਦੇ ਦੇਵੀ ਤਲਵਾਰ ਸਾਡੀ। ਇਹ ਭਗਾਉਤੀ ਹੈ ਜ਼ਾਲਮਾਂ ਨੂੰ ਸੋਧਣ ਵਾਲੀ। ਆਪਣੇ ਜਾਈਏ ਇਸ ਤਰ੍ਹਾਂ ਦੀਆਂ ਗੱਲਾਂ ਨਾ ਉਹ ਥੀਏਟਰਾਂ 'ਚ ਕਰਦੇ ਨੇ, ਹਨਾ, ਪਿੱਛੇ ਨਾਲ ਹੁੰਦੇ ਨੇ ਉਹਨਾਂ ਦੇ। ਲੇਕਿਨ ਉਹ ਮਜ਼ਹਬੀ ਨਹੀਂ ਨਾ ਹੁੰਦੀ। ਹਾਂ, ਉਹ ਮਜ਼ਹਬੀ ਨਹੀਂ ਹੁੰਦੀ, ਉਹ ਆਮ ਲੋਕ ਗੀਤ ਬਣਾਉਂਦੇ ਨੇ, ਲੋਕ ਗੀਤ। ਕਿਸੇ ਸਿਰ ਲੱਥ ਦਾ ਮੰਗਦੀ ਏ। ਆ ਪਰਸੋਂ ਦਾਸ ਮੈਨੂੰ ਇੱਕ ਸਿੰਘ ਪੁੱਛਣ ਲੱਗਾ, ਗਿਆਨੀ ਜੀ ਆਖੇ ਮੈਨੂੰ ਕਿਸੇ ਨੇ ਦੱਸਿਆ ਵੀ 10ਵੇਂ ਪਾਤਸ਼ਾਹ ਨੇ ਦੇਵੀ ਦੀ ਪੂਜਾ ਕੀਤੀ ਸੀ। ਮੈਂ ਕਿਹਾ ਤੈਨੂੰ ਕਿੱਥੋਂ ਟੈਲੀਫੋਨ ਆ ਗਿਆ? ਉਹ ਤੇ ਆਪਣੀ ਕਲਮ ਨਾਲ ਲਿਖਦਾ ਨੇ, ਤੁਮੇ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ। ਹੇ ਵਾਹਿਗੁਰੂ, ਤੈਨੂੰ ਛੱਡ ਕੇ ਮੈਂ ਕਿਸੇ ਦੀ ਪੂਜਾ ਨਹੀਂ ਕਰਨੀ, ਜਿਹੜਾ ਵਰ ਲੈਣਾ ਤੇਥੋਂ ਲੈਣਾ। ਇੱਕ ਜਗ੍ਹਾ ਕਹਿੰਦੇ ਨੇ ਪਾਹੇ ਗਹੇ ਜਬ ਤਬ ਤੇ ਕੋਈ ਆਂਖ ਤਰੇ ਨਹੀਂ ਆਨਿਓ, ਜਦੋਂ ਦਾ ਮੈਂ ਤੇਰੀ ਸ਼ਰਨ ਆਇਆ ਮੇਰੀ ਅੱਖ ਥੱਲੇ ਕੋਈ ਨਹੀਂ ਆਇਆ। ਇੱਕ ਜਗ੍ਹਾ ਲਿਖਦੇ ਨੇ
ਘਰੋਂ ਛਾੜ ਕੇ ਗਏ ਤੁਹਾਰੋ ਦੁਆਰ। ਫਿਰ ਵੇਖੋ ਕਿੰਨੀ ਗੱਲ ਕਲੀਅਰ ਕਰਦੇ ਨੇ, ਕਹਿੰਦੇ ਮੈਂ ਨਾ ਗਣੇਸ਼ ਸਾਹਿਬ ਪ੍ਰਥਮ ਮਨਾਊ। ਹਿੰਦੂ ਲੋਕ ਅੱਗੇ ਪਹਿਲਾਂ ਗਣੇਸ਼ ਦੇਵਤੇ ਦੀ ਪੂਜਾ ਕਰਦੇ ਸੀ। ਹਜ਼ੂਰ ਕਹਿੰਦੇ ਮੈਂ ਨਾ ਗਣੇਸ਼ ਸਾਹਿਬ ਪ੍ਰਥਮ ਮਨਾਊ, ਕਿਸਨ ਬਿਸਨ ਕਬ ਹੂ ਨਾ ਧਿਆਉ, ਤਾਨ ਸੁਣੇ ਪਹਿਚਾਨ ਨਾ ਤਿੰਨ ਸਿਉ, ਲਿਵ ਲਾਗੀ ਮੋਰੀ ਪੱਗ ਇਨਸ। ਸਾਨੂੰ ਤਾਂ ਪਤਾ ਹੀ ਨਹੀਂ ਦੇਵੀ ਦੇ ਅਰਥਾਂ ਦਾ। ਔਰ ਸਾਡੇ ਹਿੰਦੁਸਤਾਨ 'ਚ ਜਦੋਂ ਨਰਾਤੇ ਆਉਂਦੇ ਨੇ ਨਾ, ਤੇ ਕਈ ਬੀਬੀਆਂ ਮੈਂ ਵੇਖੀਆਂ ਨੇ ਉਹਦੇ ਤੱਕ ਦੇਵੀ ਦੇ ਵਰਤ ਰੱਖਦੀਆਂ ਨੇ, ਦੇਵੀ ਦੇ ਵਰਤ। ਔਰ ਜੇ ਗੁਰੂ ਗ੍ਰੰਥ ਸਾਹਿਬ ਕੋਲ ਪੁੱਛੀਏ ਕੋਈ ਵਰਤ ਰੱਖਣਾ ਚਾਹੀਦਾ ਕਿ ਨਹੀਂ ਵਰਤ ਰੱਖਦੇ, ਕੁਛ ਖਾਂਦੀਆਂ ਪੀਂਦੀਆਂ ਨੇ, ਅੰਨ ਕਰੇ ਪਾਖੰਡ ਨਾ ਸੁਹਾਗਣ ਨਾ ਰੰਡ, ਫੈਸਲਾ ਹੀ ਸਿੱਧਾ। ਤੇ ਅਸੀਂ ਰੱਖ ਲੈਂਦੇ ਹਾਂ ਵਰਤ, ਤੂੰ ਵਰਤ ਵੀ ਕਹਦਾ ਜੀ ਬਸ ਰੋਟੀ ਨਹੀਂ ਖਾਣੀ, ਹੋਰ ਜੋ ਆਵੇ ਸੋ ਬੰਨੇ, ਵਿੱਚ ਕੇਲੇ ਖਾਈ ਜਾਣੇ, ਸੰਗਤਰੇ ਖਾਈ ਜਾਣੇ, ਅਮਰੂਦ ਖਾਈ ਜਾਣੇ, ਕਈ ਬੀਬੀਆਂ ਦੋ ਦੋ ਕਿਲੋ ਰੋਟੀ ਨਹੀਂ ਖਾਣੀ ਸਾਰਾ ਕੋਈ। ਅਗੇ ਭਾਜੀ ਸੀ ਵਰਤ ਰੱਖਿਆ, ਮੈਂ ਕਿਹਾ ਜੇ ਵਰਤ ਖੁੱਲ ਗਿਆ ਫਿਰ ਤੇ ਵਾਹਗੁਰੂ ਰੱਖਿਆ, ਅਗੇ ਰੱਖਿਆ। ਤੇ ਜਿੱਦਣ ਫਿਰ ਨਰਾਤੇ ਮੁੱਕ ਜਾਣ ਫਿਰ ਦੁਰਗਾ ਅਸ਼ਟਮੀ ਆਉਂਦੀ ਹੈ। ਦੁਰਗਾ ਅਸ਼ਟਮੀ ਇੱਕ ਮੈਂ ਮਾਈ ਨੂੰ ਵੇਖਿਆ, ਉਹਨੇ ਦੇਵੀ ਦੀ ਪੂਜਾ ਕੀਤੀ, ਮੈਂ ਤਾਂ ਹੈਰਾਨ ਹੀ ਰਹਿ ਗਿਆ। ਉਹਨੇ ਛਟਾਕੀ ਕੋ ਆਟਾ ਗੁੰਨ ਲਿਆ, ਆਟੇ ਦਾ ਦੀਵਾ ਜਿਹਾ ਬਣਾ ਕੇ ਘਿਓ ਪਾਇਆ, ਰੂੰ ਦੀ ਬੱਤੀ ਰੱਖੀ, ਜੋਤ ਜਗਾਤੀ। ਫਿਰ ਆਖੇ ਵੇ ਨਿਆਣਿਓ ਆਓ ਲਾਟਾਂ ਵਾਲੀ ਨੂੰ ਮੱਥਾ ਟੇਕ ਲਓ, ਲੈ ਘਰ ਦੀ ਦੇਵੀ ਬਣਾ ਲਈ। ਮੈਂ ਕਿਹਾ ਮਾਈ ਤੂੰ ਆਪੇ ਆਟਾ ਗੁੰਨਿਆ, ਆਪੇ ਦੀਵਾ ਬਣਾਇਆ, ਆਪੇ ਜੋਤ ਜਗਾਈ, ਆਪੇ ਹੀ ਮੱਥਾ ਟੇਕੇ। ਤੇ ਗਲ ਵਿੱਚ ਪੱਲਾ ਪਾ ਕੇ ਆਖੇ ਹੇ ਲਾਟਾਂ ਵਾਲੀਏ, ਮੇਰੇ ਮੁੰਡੇ ਦਾ ਛੇਤੀ ਛੇਤੀ ਵਿਆਹ ਕਰ, ਮੇਰੇ ਘਰ ਨੂੰ ਆਵੇ। ਤੇ ਮੈਂ ਹੱਸ ਪਿਆ, ਮੈਂ ਕਿਹਾ ਮਾਈ ਉਹਦਾ ਆਪ ਸਾਰੀ ਉਮਰ ਵਿਆਹ ਨੂੰ ਤਰਸਦੀ ਰਹੀ ਹੈ, ਤੇਰੇ ਮੁੰਡੇ ਨੂੰ ਫਾਇਦੇ ਦੇਵੇ, ਉਹਦਾ ਵਿਚਾਰੀ ਦਾ ਆਪਣਾ ਵਿਆਹ ਨਹੀਂ ਹੋਇਆ ਸਾਰੀ ਉਮਰ। ਤੇ ਮਾਈ ਉਹਦੇ ਕੋਲੋਂ ਮੁੰਡੇ ਦਾ ਵਿਆਹ ਮੰਗੇ, ਮਾਈ ਅੰਦਰੋਂ ਪਰਾਤ ਲੈਣ ਚਲੀ ਗਈ ਤੇ ਲਾਟਾਂ ਵਾਲੀ ਨੂੰ ਕਾਂ ਲੈ ਗਿਆ। ਮੈਂ ਕਿਹਾ ਕਰ ਲੈ ਤੁਮਾ, ਕੋਈ ਜਿਹਨੂੰ ਅੰਦਰ ਚੂਹੇ ਨਹੀਂ ਛੱਡ ਗਏ ਬਾਹਰ ਕਾਂ ਨਹੀਂ ਛੱਡਦੇ, ਵੀ ਇਹ ਦੀਵਾ ਸਾਡੀ ਰੱਖਿਆ ਕਰੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 33 ਕਰੋੜ ਦੇਵਤੇ ਦਾ ਪਹਾੜ ਸਾਡੇ ਮੋਢਿਆਂ ਤੋਂ ਲਾਤਾ। ਉਹਨੇ ਆਖਿਆ ਮੇਰਾ ਸਿੱਖ ਕੋਈ ਬ੍ਰਹਮਾ ਨੂੰ, ਸੂਰਜ ਨੂੰ, ਚੰਦਰਮਾ ਨੂੰ, ਗੁੱਗੇ ਨੂੰ, ਦੇਵੀ ਨੂੰ, ਗਣੇਸ਼ ਨੂੰ, ਕਿਸੇ ਮੜੀ ਮਸਾਨ, ਜੰਤਰ ਮੰਤਰ ਟੂਣੇ ਨੂੰ ਨਾ ਮੰਨੇ, ਮੇਰਾ ਸਿੱਖ ਇੱਕ ਅਕਾਲ ਦੀ ਪੂਜਾ ਕਰੇ। ਉਹਨਾਂ ਨੇ ਪ੍ਰੋਗਰਾਮ ਬਣਾ ਲਿਆ ਕਿ ਐਸਾ ਪੰਚ ਸਾਜਾਂਗਾ ਜਿਸ ਨੂੰ ਲੋਕ ਵਾਹਿਗੁਰੂ ਜੀ ਕਾ ਖਾਲਸਾ ਕਹਿਣਗੇ। ਮਹਾਰਾਜ ਨੇ ਮਸੰਦਾਂ ਨੂੰ ਸੱਦਿਆ, ਕਹਿਣ ਲੱਗੇ ਕੋਲੇ ਇਲਾਕਿਆਂ ਵਿੱਚ ਚਿੱਠੀਆਂ ਵੰਡ ਦਿਓ। ਹਜ਼ੂਰ ਨੇ ਕਾਗਜ਼ ਲਈ, ਕਲਮ ਲਈ, ਕਾਗਜ਼ ਲਿਆ, ਕਲਮ ਲਈ ਤੇ ਚਿੱਠੀਆਂ ਲਿਖੀਆਂ, ਥੈਲੇ ਭਰ ਦਿੱਤੇ। ਮਸੰਦਾਂ ਨੂੰ ਆਖਿਆ ਜਾਓ ਗੋਲੇ ਇਲਾਕਿਆਂ ਵਿੱਚ ਚਿੱਠੀਆਂ ਭੇਜ ਦਿਓ, ਮਾਝਾ, ਮਾਲਵਾ, ਦੁਆਬਾ, ਫਰੰਟੀਅਰ, ਕਾਬਲ, ਕੰਧਾਰ, ਯੂਪੀ, ਸੀਪੀ, ਬੰਗਾਲ, ਬਿਹਾਰ, ਮਹਾਰਾਸ਼ਟਰ, ਮਦਰਾਸ, ਗੁਜਰਾਤ, ਦੇਸ਼ ਦੇ ਕੋਨੇ ਕੋਨੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਿੱਠੀਆਂ ਐਂ ਭੇਜ ਦਿੱਤੀਆਂ ਬਈ। ਕਮਾਲ ਪੱਤਰ ਲੈ ਕੇ ਗੁਰਾਂ ਨੇ ਸੰਗਤਾਂ ਦਾ ਨਿਕਲੇ, ਪੱਤਰ ਲੈ ਕੇ ਗੁਰਾਂ ਨੇ ਸੰਗਤਾਂ ਦਾ ਨਿਕਲੇ, ਬਹੁਤ ਪਿਆਰੀ ਬਹੁਤ ਪੁਰਾਣੀ ਹੈ ਹਨਾ। ਆਨੰਦਪੁਰ ਬੱਲੇ ਪੜ ਕੇ ਗੁਰਸਿੱਖ ਤੁਰ ਪਏ, ਆਨੰਦਪੁਰ ਬੱਲੇ ਪੜ ਕੇ ਗੁਰਸਿੱਖ ਤੁਰ ਪਏ।
ਸਾਖੀ ਲੱਗਣੀ ਉਹ ਬੱਲੇ ਬੱਲੇ ਅੱਜ ਖੂਬ ਸਾਖੀ ਲੱਗਣੀ ਉਹ ਬੱਲੇ ਬੱਲੇ ਖੂਬ ਸਾਖੀ ਲੱਗਣੀ ਉਹ ਬੱਲੇ ਬੱਲੇ ਖੂਬ ਸਾਖੀ ਲੱਗਣੀ ਉਹ ਬੱਲੇ ਬੱਲੇ ਉਹ ਖੂਬ ਸਾਖੀ ਲੱਗਣੀ ਉਹ ਬੱਲੇ ਬੱਲੇ ਦਰਸ਼ਨ ਹੋਣ ਜਾ ਗੁਰਾਂ ਦਾ ਦਰਸ਼ਨ ਹੋਣ ਜੇ ਗੁਰਾਂ ਦੇ ਇਹ ਪਾਠ ਬੱਲੇ ਦਰਸ਼ਨ ਹੋਣ ਗਏ ਗੁਰਾਂ ਦੇ ਦਰਸ਼ਨ ਹੋਣ ਗਏ ਗੁਰਾਂ ਦੇ ਇਹ ਪਾਠ ਬੱਲੇ ਦਰਸ਼ਨ ਹੋਣ ਗਏ ਗੁਰਾਂ ਦੇ ਇਹ ਪਾਠ ਬੱਲੇ ਪੇਟ ਚੜਾਉਣ ਲਈ ਕਈ ਦਿਲਬਰ ਚੱਲੇ ਦਿਲਬਰ ਚੱਲੇ ਹਾਂ ਪੇਟ ਚੜਾਉਣ ਸੀਸ ਦੀ ਪੇਟ ਚੜਾ ਦਿਲਬਰ ਚੱਲੇ ਚੜਾ ਸੀਸ ਦੀ ਕਈ ਦਿਲਬਰ ਚੱਲੇ ਬੀਬਾ ਚੜਾ ਆਪਣ ਸੀਸ ਦੀ ਕਈ ਦਿਲਬਰ ਚੱਲੇ ਚੜਾ ਆਪਣ ਸੀਸ ਦੀ ਕਈ ਦਿਲਬਰ ਚੱਲੇ ਕਿਸੇ ਸੱਜਣ ਨੂੰ ਜ਼ਰੂਰੀ ਕੰਮ ਹੈ ਕਾਰ ਦਾ ਨੰਬਰ ਹੈ OR Z 723 ਚਿੱਠੀਆਂ ਲਿਖ ਦਿੱਤੀਆਂ ਗਈਆਂ ਖਾਲਸਾ ਜੀ ਅੰਦਾਜ਼ਾ ਲਾਓ ਅੱਜ ਕੱਲ੍ਹ ਤਾਂ ਰੇਲ ਗੱਡੀ ਕਾਰ ਮੋਟਰ ਸਾਈਕਲ ਹਵਾਈ ਜਹਾਜ਼ ਬੜੀਆਂ ਸਵਾਰੀਆਂ ਨੇ ਅਤੇ ਉਸ ਵੇਲੇ ਕੋਈ ਸਵਾਰੀ ਨਹੀਂ ਸੀ ਅੱਜ ਕੱਲ੍ਹ ਵੀ ਕਿਤੇ ਅੰਮ੍ਰਿਤਸਰ ਤੋਂ ਬੰਬਈ ਆਉਣਾ ਹੋਵੇ ਤਾਂ 3 ਦਿਨ ਰੇਲ ਗੱਡੀ 'ਚ ਬੈਠਾ ਆਦਮੀ ਪਰੇਸ਼ਾਨ ਹੁੰਦਾ ਹੈ ਆਨੰਦਪੁਰ ਸਾਹਿਬ ਸੰਗਤਾਂ ਗਈਆਂ ਹੋਣਗੀਆਂ ਅੰਦਾਜ਼ਾ ਲਾ ਲਓ ਕਿਵੇਂ ਪੈਦਲ ਤੁਰ ਤੁਰ ਕੇ ਸਿੰਘਾਂ ਨੇ ਮਾਰਚ ਕੀਤਾ ਹੋਵੇਗਾ ਔਰੰਗਜ਼ੇਬ ਦੀਆਂ ਫੌਜਾਂ ਥਾਂ ਥਾਂ ਤੇ ਰੁਕਾ ਬਹੁਤ ਮੁਸ਼ਕਲ ਸੀ ਉਦੋਂ ਸਫ਼ਰ ਬਹੁਤ ਔਖੇ ਸੀ ਪਿੰਡਾਂ 'ਚ ਸ਼ਹਿਰਾਂ 'ਚ ਫਿਰ ਰਹੇ ਸੀ ਦਰਿਆਵਾਂ ਦੇ ਪੁੱਲ ਪੱਤਨ ਸਭ ਰੋਕ ਲਏ ਗਏ ਪਰ ਫਿਰ ਵੀ ਸੰਗਤਾਂ ਨੇ ਵਹੀਰਾਂ ਪਾਤੀਆਂ ਅੱਜ ਸਾਇੰਸ ਦਾ ਜ਼ਮਾਨਾ ਹੈ ਤੇ ਉਸ ਵੇਲੇ ਲੋਕ ਪੈਦਲ ਤੁਰਦੇ ਸੀ ਇੱਕ ਮੈਨੂੰ ਬਾਬਾ ਮਿਲਿਆ ਕਹਿਣ ਲੱਗਾ ਗਿਆਨੀ ਜੀ ਅਸੀਂ 20-25 ਕੋ ਪੈਦਲ ਤੁਰਦੇ ਹੁੰਦੇ ਸਾਂ ਹੁਣ ਤਾਂ ਉਹ ਜ਼ਮਾਨਾ ਹੀ ਨਹੀਂ ਰਿਹਾ ਹੁਣ ਤਾਂ ਸਾਈਕਲ ਬਣ ਗਏ ਬੱਸਾਂ ਬਣ ਗਈਆਂ ਕਾਰਾਂ ਪੱਚੀ ਕੋ ਹੁਣ ਤਾਂ ਵੀ ਪੁਰਾਣੇ ਹੋ ਗਏ ਹੁਣ ਤਾਂ ਮੀਲ ਦਾ ਜਦੋਂ 1957 ਚ ਪਹਿਲਾ 20-25 ਮੀਲ ਦਾ ਮਤਲਬ ਹੈ 40 ਕਿਲੋਮੀਟਰ ਇੱਕ ਘੰਟਾ 43 ਮਿੰਟਾਂ ਵਿੱਚ ਸਾਰੀ ਪ੍ਰithvi ਦਾ ਚੱਕਰ ਕੱਟਿਆ ਗਿਆ ਸਾਇੰਸਦਾਨਾਂ ਨੇ ਕਿਹਾ ਅਭੀ ਆਗੇ ਆਗੇ ਦੇਖਣਾ ਹੋਤਾ ਹੈ ਕਿਹਾ ਅਮਰੀਕਾ ਨੇ ਇੱਕ ਰੋਕਟ ਛੱਡਿਆ 88 ਮਿੰਟਾਂ ਵਿੱਚ ਸਾਰੀ ਦੁਨੀਆ ਵਿੱਚ ਘੁੰਮ ਆਇਆ
ਰਸ਼ੀਆ ਨੇ ਕਿਹਾ ਅਸੀਂ ਮਨੁੱਖ ਪੁਲਾੜ ਵਿੱਚ ਭੇਜਾਂਗੇ। ਉਹਨਾਂ ਨੇ ਪਹਿਲੇ ਇੱਕ ਕੁੱਤੀ ਭੇਜੀ ਕਿ ਜੇ ਬਚ ਕੇ ਆ ਗਈ ਤਾਂ ਫਿਰ ਮਨੁੱਖ ਭੇਜਾਂਗੇ। ਔਰ ਮੈਨੂੰ ਅਜੇ ਤੱਕ ਯਾਦ ਹੈ ਹੁਸ਼ਿਆਰਪੁਰ ਵਿੱਚ ਇੱਕ ਕਵੀ ਦਰਬਾਰ ਹੋਇਆ, ਉੱਥੇ ਸ਼ਾਇਰ ਨੇ ਇੱਕ ਸ਼ੇਰ ਕਿਹਾ, ਕਹਿੰਦਾ ਇਹ 20ਵੀਂ ਸਦੀ ਦਾ ਚੱਲਿਆ ਦੌਰ ਐਸਾ, ਦੁਨੀਆ ਫੈਲ ਰਹੀ ਹੈ ਨਾਲੇ ਸ਼ੌਂਕ ਰਹੀ ਹੈ, ਹਰ ਇੱਕ ਕੌਮ ਆਜ਼ਾਦੀ ਦੀ ਦੌੜ ਅੰਦਰ ਅੱਗੇ ਵੱਧ ਰਹੀ ਹੈ ਨਾਲੇ ਹੌਂਕ ਰਹੀ ਹੈ। ਓਏ ਵਾਰੇ ਜਾਈਏ ਸਾਇੰਸ ਦੇ ਕਰਤਬਾਂ ਤੋਂ, ਦੁਨੀਆ ਫਰਸ਼ ਨੂੰ ਅਰਸ਼ ਵੱਲ ਝੌਂਕ ਰਹੀ ਹੈ, ਉਹ ਜਿੱਥੇ ਚੰਨ ਦੀ ਮਾਂ ਚਰਖਾ ਕੱਤਦੀ ਸੀ ਕੁੱਤੀ ਰੂਸ ਦੀ ਅੱਜ ਉੱਥੇ ਭੌਂਕ ਰਹੀ ਹੈ। ਮਿਸਟਰ ਨੀਲਮ ਆਰਮਸਟਰਾਂਗ ਨੇ ਪਹਿਲੀ ਵਾਰ ਚੰਦਰਮਾ ਦੀ ਹਿੱਕ ਉੱਤੇ ਪੈਰ ਰੱਖਿਆ। ਸਾਡੇ ਦੇਸ਼ ਵਿੱਚ ਜਦੋਂ ਨਿੱਕੇ ਨਿੱਕੇ ਬੱਚੇ ਮਾਂ ਦੀ ਗੋਦੀ ਵਿੱਚ ਬਹਿੰਦੇ ਨੇ, ਪੁੰਨਿਆਂ ਦੀ ਰਾਤ ਹੋਵੇ, ਕਹਿੰਦੇ ਨੇ ਓ ਚੰਨ ਮਾਮਾ, ਬੱਚੇ ਉੱਛਲ ਉੱਛਲ ਕੇ ਪੈਂਦੇ ਨੇ ਓ ਚੰਨ ਮਾਮਾ। ਲਓ ਜੀ ਇੱਥੇ ਵੀ ਬਿਜਲੀ ਚਲੀ ਗਈ ਹੈ ਦੋਸਤੋ, ਅਸੀਂ ਰਿਵਿਊ ਇੱਥੇ ਹੀ ਕਰਨੇ ਆ। ਗੱਲ ਇਵੇਂ ਕਿ ਜਾਈਆ ਇਹ ਸੀ ਦਇਆ ਭਾਈ ਦਇਆ ਸਿੰਘ ਢਾਡੀ ਭਾਈ ਢਾਡੀ ਦਇਆ ਸਿੰਘ ਦਿਲਬਰ ਯਾਇਆ, ਤੁਸੀਂ ਇਹਨਾਂ ਦਾ ਅੰਦਾਜ਼ ਸੁਣਿਆ ਬਹੁਤ ਵਧੀਆ ਸੀ। ਤੇ ਯਾਇਆ ਇੱਕ ਗੱਲ ਹੈਗੀ ਹੈ ਦੋਸਤੋ, ਤੁਸੀਂ ਇਗਨੋਰ ਕਰੋ ਇਸ ਚੀਜ਼ ਨੂੰ, ਬਾਹਰ ਵਾਲਾ ਅਸੀਂ ਗੱਲ ਕਰਨੇ ਆ। ਉਹ ਨਾ ਗੱਲ ਇਹ ਕਿ ਪੰਡਿਤਾਂ ਨੇ ਕਈ ਐਸੇ ਤਰੀਕਾਕਾਰ ਚਲਾਏ ਹੋਏ ਨੇ, ਬਲੀ ਜਾਂ ਕੁਰਬਾਨੀ ਮੰਗਦਾ ਜੀ ਦੇਵੀ ਤਾਂ ਪ੍ਰਗਟ ਹੋਏਗੀ ਕਿ ਕੋਈ ਕੁਰਬਾਨੀ ਦੇਵੇ, ਹਾਂਜੀ ਹਾਂਜੀ ਠੀਕ ਹੈ, ਲੇਕਿਨ ਇਹ ਸਾਰਾ ਆਪਣੇ ਢਿੱਡ 'ਚ ਪਾਉਣ ਵਾਸਤੇ ਹੁੰਦਾ। ਜਿਵੇਂ ਇੱਧਰ ਮੁਸਲਮਾਨਾਂ 'ਚ ਵੀ ਕਈ ਐਸੇ ਬਾਬੇ ਬੈਠੇ ਨੇ ਮੰਦਰਾਂ 'ਤੇ ਮਜਾਵਰ, ਉਹ ਕਹਿੰਦੇ ਜੀ ਬੱਕਰੇ ਦੀ ਬਲੀ ਦਿਓ, ਬੱਕਰੇ ਦੀ ਕੁਰਬਾਨੀ ਦਿਓ, ਤੁਹਾਡੀ ਹਾਜਤ ਪੂਰੀ ਹੋਏ। ਮੈਂ ਇੱਥੇ ਇੱਕ ਗੱਲ ਐਡ ਕਰਾਂਗਾ, ਜਿੱਥੋਂ ਉਹਨਾਂ ਨੇ ਇਹ ਕਿਹਾ ਨਾ ਕਿ ਇੱਕ ਮਾਈ ਹੈ ਅਤੇ ਉਹ ਆਪੇ ਹੀ ਦੇਵੀ ਬਣਾ ਕੇ ਆਟੇ ਦੀ ਅਤੇ ਰੱਖ ਲੈਂਦੀ ਹੈ ਅਤੇ ਕਹਿੰਦੀ ਹੈ ਕਿ ਜੀ ਇਹ ਜਿਹੜਾ ਹੈ ਨਾ ਉਹ ਹੋਏਗਾ, ਇਹ ਮੇਰੀਆਂ ਮੁੰਡੇ ਦਾ ਵਿਆਹ ਕਰ ਦੇ। ਇਹ ਬਿਲਕੁਲ ਇਹਦੇ ਨਾਲ ਇੱਕ ਮੈਂ ਤੁਹਾਨੂੰ ਵਾਕਿਆ ਸੁਣਾਵਾਂਗਾ ਦੋਸਤਾਂ ਨੂੰ, ਕਿ ਹਜ਼ਰਤ ਇਬਰਾਹਿਮ ਅਲੈਹਿਸ ਸਲਾਮ ਅੱਲਾਹ ਦੇ ਨਬੀ, ਉਹਨਾਂ ਦਾ ਵਾਕਿਆ ਕਿ ਉਹ ਬੁੱਤਾਂ ਜਿਹੜੇ ਉਹਨਾਂ ਦੀ ਕੌਮ ਸੀ ਉਹ ਬੁੱਤਾਂ ਦੀ ਪੂਜਾ ਕਰਦੀ ਸੀ, ਅਤੇ ਉਹਨਾਂ ਨੇ ਜਿਸ ਤਰ੍ਹਾਂ ਕਿ ਸਿੱਖ ਇਜ਼ਮ 'ਚ ਕਿ ਬੁੱਤਾਂ ਨੂੰ ਖਤਮ ਕੀਤਾ ਗਿਆ ਆਣ ਕੇ ਗੁਰੂਆਂ ਨੇ ਕੀਤਾ, ਬਿਲਕੁਲ ਸਹੀ ਗੱਲ, ਇਸ ਤਰ੍ਹਾਂ ਹੀ ਉਹ ਉਹਨਾਂ ਦੀ ਕੌਮ ਕਰਦੀ ਸੀ ਬੁੱਤਾਂ ਦੀ ਪੂਜਾ, ਇੱਕ ਬੜਾ ਮਸ਼ਹੂਰ ਵਾਕਿਆ। ਅਤੇ ਉਹ ਨਾ ਇਬਾਦਤ ਕਰਦੀ ਹੁੰਦੀ ਸੀ ਇੱਕ, ਅਤੇ ਉਹ ਉਦੋਂ ਨਾ ਬਾਹਰ ਨਿਕਲ ਜਾਂਦੇ ਸੀ ਆਪਣੇ ਸ਼ਹਿਰ 'ਚੋਂ ਨਾ ਸਾਰੇ ਆਪਣੇ ਬੁੱਤਾਂ ਦੇ ਅੱਗੇ ਖਾਣੇ ਰੱਖ ਕੇ ਅਤੇ ਸ਼ਹਿਰੋਂ ਬਾਹਰ ਇਬਾਦਤ ਕਰਨ ਜਾਂਦੇ ਹੁੰਦੇ ਸੀ। ਅਤੇ ਇਬਰਾਹਿਮ ਅਲੈਹਿਸ ਸਲਾਮ ਕਿਉਂਕਿ ਬੁੱਤਾਂ ਨੂੰ ਮੰਨਦੇ ਨਹੀਂ ਸੀ ਅਤੇ ਇਸ ਲਈ ਉਹਨਾਂ ਨੇ ਉਹ ਨਾ ਪਿੱਛੇ ਰਹਿ ਗਏ, ਉਹ ਚਲੇ ਗਏ, ਅਤੇ ਉਹਨਾਂ ਨੇ ਇੱਕ ਕੁਹਾੜਾ ਫੜਿਆ ਅਤੇ ਕਿਸੇ ਦਾ ਨੱਕ ਲਾ ਤਾ, ਕਿਸੇ ਬੁੱਤਾਂ ਦੇ ਬਹੁਤ ਸਾਰੇ ਤੋੜ, ਸਾਰੇ ਬੁੱਤਾਂ ਨੇ ਕਿਸੇ ਨਾ ਕਿਸੇ ਸ਼ੈਅ ਲਾ ਤੀ, ਅਤੇ ਜਿਹੜਾ ਕੁਹਾੜਾ ਸੀ ਉਹ ਜਿਹੜਾ ਮੇਨ ਵੱਡਾ ਉੱਥੇ ਬੁੱਤ ਸੀ ਉਹਦੇ ਮੋਢੇ 'ਤੇ ਰੱਖਤਾ ਅਤੇ ਸਾਰੇ ਖਾਣੇ ਚੁੱਕ ਕੇ ਉਹਦੇ ਅੱਗੇ ਰੱਖਤੇ। ਅਤੇ ਉਹ ਜਦੋਂ ਉਹ ਆਏ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਸੀ, ਅਤੇ ਜਦੋਂ ਉਹਨਾਂ ਨੇ ਆਣ ਕੇ ਵੇਖਿਆ ਅਤੇ ਉਹਨਾਂ ਨੂੰ ਤਾਂ ਪਰੇਸ਼ਾਨ ਹੋ ਗਏ ਕਿ ਸਾਡੇ ਰੱਬਾਂ ਨੂੰ ਕੌਣ ਮਾਰ ਗਿਆ, ਉਹਨਾਂ ਨੇ ਇਹ ਆਣ ਕੇ ਸਾਡੇ ਦੇਵਤਿਆਂ ਨੂੰ ਰੱਬਾਂ ਨੂੰ ਕੌਣ ਨੁਕਸਾਨ ਪਹੁੰਚਾ ਗਿਆ। ਅਤੇ ਉਹਨਾਂ ਨੇ ਬਾਅਦ 'ਚ ਸੋਚ ਵਿਚਾਰ ਕੀਤੀ ਅਤੇ ਉਹਨਾਂ ਨੇ ਕਿਹਾ ਇੱਕ ਹੀ ਇੱਥੇ ਮੁਨਕਰ ਬੰਦਾ ਹੈ ਉਹਨੂੰ ਬੁਲਾ ਲਓ। ਹਜ਼ਰਤ ਇਬਰਾਹਿਮ ਅਲੈਹਿਸ ਸਲਾਮ ਨੂੰ ਬੁਲਾ ਲਿਆ, ਉਹਨਾਂ ਨੇ ਕਿਹਾ ਜੀ ਤੁਸੀਂ ਇਹ ਹਾਲ ਕੀਤਾ ਸਾਡੇ ਬੁੱਤਾਂ ਦਾ। ਉਹਨਾਂ ਕਿਹਾ ਜੀ ਮੈਨੂੰ ਕੀ ਪੁੱਛਦੇ, ਆਹ ਵੱਡਾ ਬੁੱਤ ਤੁਹਾਡੇ ਸਾਹਮਣੇ ਖਲੋਤਾ, ਕੁਹਾੜਾ ਉਹਦੇ ਮੋਢੇ 'ਤੇ ਵੇ, ਸਾਰਾ ਖਾਣਾ ਉਹਦੇ ਅੱਗੇ ਵੇ, ਇਹਨੂੰ ਪੁੱਛੋ।
ਉਹਨਾਂ ਨੇ ਕਿਹਾ ਜੀ ਇਹ ਤੇ ਬੋਲਦੇ ਕਰਦੇ ਨਹੀਂ, ਉਹਨਾਂ ਕਿਹਾ ਹੋ ਸਕਦਾ ਖਾਣੇ ਤੋਂ ਲੜ ਪਿਆ ਹੋਵੇ ਇਹਨਾਂ ਨਾਲ, ਮੈਂ ਸਾਰਾ ਖਾਣਾ ਸਾਰਾ ਸਾਰਿਆਂ ਨੂੰ ਧਰਮ ਭਰਮ ਕਰਤਾ ਅਤੇ ਆਪ ਇੱਥੇ ਖਾਣਾ ਖਾਣ ਵਾਸਤੇ ਬਹਿ ਗਿਆ। ਉਹਨਾਂ ਕਿਹਾ ਜੀ ਕਿਵੇਂ ਦੀਆਂ ਗੱਲਾਂ ਕਰਦੇ ਜੀ, ਇਹ ਤਾਂ ਬੋਲਦੇ ਕੂੰਦੇ ਵੀ ਨਹੀਂ ਗੇ ਅਤੇ ਸੁਣਦੇ ਵੀ ਨਹੀਂ, ਅਤੇ ਤੁਸੀਂ ਕਹਿੰਦੇ ਇਹਨਾਂ ਕੋਲ ਪੁੱਛ ਲਓ। ਅਤੇ ਉਹਨੇ ਕਿਹਾ ਫਿਰ ਇਹੋ ਜਿਹੇ ਰੱਬਾਂ ਦੀ ਇਬਾਦਤ ਕਰਦੇ। ਸਹੀ ਗੱਲ, ਇਹੀ ਉਹੀ ਜਿਹੜੀ ਕਿ ਦੇਵੀ ਇਹਨਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੋ ਹੀ ਗੱਲ ਕੀਤੀ ਕਿ ਸਾਨੂੰ ਸਭ ਤੋਂ ਜ਼ਿਆਦਾ ਪਿਆਰੇ ਤਾਂ ਤੁਸੀਂ ਹੋ, ਅਤੇ ਤੁਸੀਂ ਆਪਣੀ ਬਲੀ ਦਿਓ, ਆਪਣੀ ਕੁਰਬਾਨੀ ਦਿਓ। ਅਤੇ ਉਹ ਭਾਈ ਉਹ ਤਿੱਤਰ ਬਿੱਤਰ ਹੋ ਗਏ, ਸਾਰੇ ਸੁਬਾਹ ਤੱਕ ਉੱਥੇ ਕੋਈ ਵੀ ਨਹੀਂ ਹੋਇਆ। ਅਤੇ ਦੂਸਰਾ ਇਹਦੇ ਵਿੱਚ ਜਾਈਆ, ਉਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਦੇਵਤਿਆਂ ਦੀ ਬੁੱਤਾਂ ਦੀ ਇਬਾਦਤ ਤੋਂ ਰੋਕਿਆ। ਉਹਨੇ ਆਖਿਆ ਕਿ ਜਿਹੜੇ 33 ਕਰੋੜ ਦੇਵਤਿਆਂ ਤੋਂ ਸਿੱਖ ਧਰਮ ਦੀ ਜਾਨ ਛੁੜਾਈ, ਸਿੱਖਾਂ ਦੀ ਜਾਨ ਛੁੜਾਈ ਇਸ ਚੀਜ਼ ਤੋਂ, ਇਹ ਉਹਨਾਂ ਨੇ ਸੰਤਾਂ ਨੇ 33 ਕਰੋੜ ਹਿੰਦੂਆਂ ਦੇ 33 ਕਰੋੜ ਮੇਰਾ ਖਿਆਲ ਦੇਵਤੇ ਨੇ, ਤੇ 33 ਕਰੋੜ ਬੁੱਤਾਂ ਨੂੰ, ਇੱਕ ਅਕਾਲ ਵਾਲ ਇੱਕ ਰੱਬ ਵਾਲ। ਤੇ ਉਹਨਾਂ ਨੇ ਆਖਿਆ ਕਿ ਜੀ ਇੱਕ ਰੱਬ ਦੀ ਇਬਾਦਤ ਕਰਨੀ, ਇੱਕ ਵਾਹਿਦ ਵਾਹਿਗੁਰੂ ਦੀ। ਹਾਂਜੀ, ਲੇਕਿਨ ਕਿਉਂਕਿ ਅਸੀਂ ਲੋਕ ਆ ਮਾਸ਼ਰਤ ਦੇ ਅਸਰ ਲੈ ਜਾਂਦੇ ਹਾਂ ਸਾਡੇ ਇਸਲਾਮ ਦੇ ਵਿੱਚ ਵੀ ਅਤੇ ਸਿੱਖਇਜ਼ਮ 'ਚ ਵੀ ਇਹ ਚੀਜ਼ ਬੜੀ ਹੈ ਕਿ ਲੋਕ ਨਾ ਕਈ ਚੀਜ਼ਾਂ ਨੂੰ ਨਾ ਰੱਬ ਤੋਂ ਅੱਗੇ ਕਰੀ ਜਾਂਦੇ ਆ। ਅੱਲਾ ਮਾਫ਼ ਕਰੇ, ਅੱਲਾ ਸਭ ਨੂੰ ਹਦਾਇਤ ਦੇਵੇ। ਇਸਲਾਮ ਦੇ ਵਿੱਚ ਵੀ ਬੜੇ ਲੋਕ ਐਸੇ ਨੇ ਕਿ ਜਿਹੜੇ ਨਕਲੀਆਂ ਪੀਰਾਂ ਫਕੀਰਾਂ ਨੂੰ ਸਾਧਾਂ ਨੂੰ ਅੱਗੇ ਲਈ ਜਾਂਦੇ ਨੇ, ਜਿਵੇਂ ਉਹਨਾਂ ਨੇ ਵਾਕਿਆ ਸੁਣਾਇਆ ਕਿ ਉਹ ਬੀਬੀ ਆਪੇ ਹੀ ਆਟਾ ਗੁੰਨ ਕੇ ਅਤੇ ਉਹ ਬਣਾ ਕੇ ਬੁੱਤ ਅਤੇ ਦੇਵੀ ਬਣਾ ਕੇ ਅਤੇ ਉਹਨੂੰ ਕਹਿੰਦੀ ਜੀ ਮੇਰੇ ਮੁੰਡੇ ਦਾ ਵਿਆਹ ਜੀ, ਉਹਦੀ ਤਾਂ ਆਪਣਾ ਨਹੀਂ ਹੋਣਾ, ਅਤੇ ਜਿਹਨੂੰ ਬਾਅਦ 'ਚ ਮਜ਼ਾ ਹੀ ਆਉਂਦਾ ਆ ਜਾਣਾ ਮੈਨੂੰ ਕਾਂ ਚੁੱਕ ਕੇ ਲੈ ਗਿਆ ਅੰਦਰ ਗਈ ਅਤੇ ਮਗਰੋਂ ਦੇਵੀ ਨੂੰ ਕਾਂ ਚੁੱਕ ਕੇ ਲੈ। ਇਹਨਾਂ ਚੀਜ਼ਾਂ ਦੀ ਇੰਨੀ ਕੀ ਹਕੀਕਤ ਹੈ, ਇੱਕ ਅਕਾਲ ਪੁਰਖ ਇੱਕ ਰੱਬ ਜਿਹੜਾ ਉਹ ਹੀ ਸਭ ਦਾ ਕਰਤਾ ਅਤੇ ਸਭ ਦਾ ਹੀ ਦਾਤਾ ਹੈ, ਉਹਨੇ ਹੀ ਸਭ ਨੂੰ ਦੇਣਾ ਅਤੇ ਆਹਰ ਅਤੇ ਮਸਾਇਲ ਉਹਨੇ ਹੀ ਹੱਲ ਕਰਨੇ ਨੇ। ਇਸ ਲਈ ਜਿਵੇਂ ਇਸਲਾਮ 'ਚ ਇੰਜੀ ਸਿੱਖਇਜ਼ਮ 'ਚ ਸੇਮ ਹੀ ਕੰਸੈਪਟ ਹੈ, ਵਾਹਿਦ ਰੱਬ ਦਾ, ਇੱਕ ਵਾਹਿਦ ਰੱਬ ਦਾ, ਉਹਨੂੰ ਹੀ ਅਕਾਲ ਪੁਰਖ। ਬਾਕੀ ਐਂਡ 'ਤੇ ਆਪਾਂ ਇਹ ਗੱਲ ਕਰਨੇ ਕਿ ਦੋਸਤੋ ਇਹ ਇਹਨਾਂ ਦਾ ਅੰਦਾਜ਼ ਬਹੁਤ ਪਿਆਰਾ, ਲੇਕਿਨ ਇਹ ਵੀਡੀਓ ਬਹੁਤ ਰੇਅਰ ਹੈ, ਬਹੁਤ ਪੁਰਾਣੀ ਵੀਡੀਓ ਹੈ, ਅਤੇ ਇਸ ਵਜ੍ਹਾ ਤੋਂ ਨਾ ਇਹਦਾ ਰਿਜ਼ਲਟ ਵੀ ਨਹੀਂ ਅੱਛਾ ਸੀ, ਲੇਕਿਨ ਉਹਨਾਂ ਨੇ ਗੱਲਾਂ ਸਾਰੀਆਂ, ਹਾਂ, ਅਤੇ ਬਹੁਤ ਵਧੀਆ ਗੱਲ। ਦੋਸਤੋ ਅਗਰ ਇਹ ਪਸੰਦ ਆਈ ਹੋਈ ਵੀਡੀਓ ਅਤੇ ਤੁਸੀਂ ਇਹਨਾਂ ਦੀਆਂ ਹੋਰ ਵੀਡੀਓ ਦੇ ਲਿੰਕ ਸਾਨੂੰ ਸ਼ੇਅਰ ਕਰ ਸਕਦੇ ਹੋ, ਆਪਾਂ ਤੁਹਾਡੇ ਨਾਲ ਇਨਸ਼ਾਅੱਲਾ ਸ਼ੇਅਰ ਕਰਾਂਗੇ। ਮੇਰੇ ਨਵੀਂ ਵੀਡੀਓ ਨੂੰ ਆਪਣਾ ਖਿਆਲ ਰੱਖਿਆ ਜੀ, ਦੁਆਵਾਂ ਯਾਦ ਰੱਖਿਆ ਜੀ, ਬਹੁਤ ਸਾਰਾ ਪਿਆਰ, ਅੱਲਾ ਨਿਗੇਬਾਨ।